ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਐਪੀਸੋਡ ਵਿੱਚ ਅਸੀਂ ਅਜਮੇਰ ਸਿੰਘ ਜੀ ਵੱਲੋਂ ਲਿਖੀ ਗਈ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਕਿਤਾਬ ਵਿੱਚੋਂ ਇੱਕ ਲੇਖ ਪੜ੍ਹਾਂਗੇ, ਜਿਸ ਦਾ ਸਿਰਲੇਖ ਹੈ ਭਾਈ ਹਰਨਾਮ ਸਿੰਘ ਦਾ ਬੰਬ ਹਾਦਸਾ। ਬੰਬ ਦੀ ਪਰਖ ਕਰਦਿਆਂ ਭਾਈ ਹਰਨਾਮ ਸਿੰਘ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਸੀ। ਇਸ ਬਾਰੇ ਗੁਰਚਰਨ ਸਿੰਘ ਸੈਂਸਰਾ ਨੇ ਭਾਈ ਹਰਨਾਮ ਸਿੰਘ ਨਾਲ ਹੋਈ ਲੰਮੀ ਗੱਲਬਾਤ ਦਾ ਵੇਰਵਾ ਇੰਜ ਦਿੱਤਾ ਹੈ। ਅਮਰੀਕਾ ਦੇ ਉਸ ਵੇਲੇ ਦੇ ਕਾਨੂੰਨ ਅਨੁਸਾਰ ਕੋਈ ਗੈਰ ਅਮਰੀਕਨ ਉੱਥੇ ਦੀ ਹਕੂਮਤ ਦੇ ਖਿਲਾਫ ਪ੍ਰਚਾਰ ਨਹੀਂ ਕਰ ਸਕਦਾ ਸੀ, ਨਾ ਹੀ ਅਮਰੀਕਾ ਦੀਆਂ ਰਾਜਸੀ ਪਾਰਟੀਆਂ ਦਾ ਮੈਂਬਰ ਬਣ ਸਕਦਾ ਜਾਂ ਇਹਨਾਂ ਪਾਰਟੀਆਂ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈ ਸਕਦਾ ਸੀ। ਅਮਰੀਕਾ ਵਿੱਚ ਕੋਈ ਪ੍ਰਵਾਸੀ ਆਪਣੇ ਦੇਸ਼ ਦੀ ਹਕੂਮਤ ਨੂੰ ਉਲਟਾਉਣ ਲਈ ਅਮਰੀਕਾ ਦੀ ਧਰਤੀ ਉੱਪਰ ਹਥਿਆਰ ਜਮ੍ਹਾਂ ਨਹੀਂ ਕਰ ਸਕਦਾ ਸੀ ਅਤੇ ਨਾ ਹੀ ਜੰਗ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਬਣਾ ਜਾਂ ਆਪਣੇ ਦੇਸ਼ ਨੂੰ ਭੇਜ ਸਕਦਾ ਸੀ। ਇਸ ਤਰ੍ਹਾਂ ਗਦਰ ਪਾਰਟੀ ਵੱਲੋਂ ਹਥਿਆਰ ਜਮ੍ਹਾਂ ਕਰਨ ਜਾਂ ਇਹਨਾਂ ਦੀ ਵਰਤੋਂ ਕਰਨ ਦੀ ਸਿਖਲਾਈ ਹਾਸਲ ਕਰਨਾ ਅਮਰੀਕਨ ਕਾਨੂੰਨ ਦੀ ਉਲੰਘਣਾ ਕਰਨਾ ਸੀ। ਇਸ ਦਾ ਪਤਾ ਲੱਗ ਜਾਣ ਪਰ ਸੰਬੰਧਿਤ ਵਿਅਕਤੀਆਂ ਉੱਪਰ ਮੁਕੱਦਮੇ ਚੱਲ ਸਕਦੇ ਸਨ ਅਤੇ ਉਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਮਿਲ ਸਕਦਾ ਸੀ। ਇਸ ਦੇ ਨਾਲ ਹੀ ਸਾਰੀ ਗਦਰ ਪਾਰਟੀ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਇਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਸੀ। ਇਸ ਕਰਕੇ ਇਹ ਸਾਰਾ ਕੰਮ ਬਹੁਤ ਹੀ ਖੁਫੀਆ ਤਰੀਕੇ ਨਾਲ ਕਰਨਾ ਪੈਣਾ ਸੀ। ਪਰ ਗਦਰ ਪਾਰਟੀ ਨੂੰ ਇੱਕ ਗੱਲ ਦਾ ਫਾਇਦਾ ਸੀ ਕਿ ਅਮਰੀਕਾ ਵਿੱਚ ਹਥਿਆਰ ਆਦਿ ਰੱਖਣ ਉੱਤੇ ਪਾਬੰਦੀ ਜਾਂ ਕੋਈ ਖਾਸ ਨਿਗਰਾਨੀ ਨਹੀਂ ਸੀ। ਰਵਾਇਤ ਮੁਤਾਬਕ ਅਮਰੀਕਨ ਲੋਕ ਬਿਨਾਂ ਰੋਕ ਟੋਕ ਤੋਂ ਹਥਿਆਰ ਰੱਖ ਸਕਦੇ ਅਤੇ ਆਪਣੇ ਨਿੱਜੀ ਹਿੱਤਾਂ ਲਈ ਇਹਨਾਂ ਦੀ ਖੁੱਲ੍ਹੀ ਵਰਤੋਂ ਕਰ ਸਕਦੇ ਸਨ। ਸਿਰਫ ਰਾਜਸੀ ਉਦੇਸ਼ਾਂ ਲਈ ਵਰਤੋਂ ਕਰਨਾ ਮਨ੍ਹਾ ਸੀ। ਗਦਰ ਪਾਰਟੀ ਨੇ ਪੂਰੀ ਚੌਕਸੀ ਵਰਤਦਿਆਂ ਇਸ ਖੁੱਲ੍ਹ ਦਾ ਫਾਇਦਾ ਲੈਣ ਦਾ ਨਿਰਣਾ ਕੀਤਾ। ਸਾਨ ਫਰਾਂਸਿਸਕੋ ਵਿੱਚ ਇੱਕ ਜੈਕ ਨਾਮੀ ਅਮਰੀਕਨ ਗੋਰਾ ਹਿੰਦੁਸਤਾਨ ਦੀ ਆਜ਼ਾਦੀ ਦਾ ਬੜਾ ਖਾਸ਼ਮੰਦ ਸੀ। ਉਹ ਹਿੰਦੁਸਤਾਨ ਦੇ ਗਦਰੀ ਦੇਸ਼ ਭਗਤਾਂ ਦਾ ਬੜਾ ਯਾਰ ਸੀ। ਸਾਨ ਫਰਾਂਸਿਸਕੋ ਵਿੱਚ ਉਹ ਬੜਾ ਮੰਨਿਆ ਦੰਨਿਆ ਆਦਮੀ ਸੀ। ਉਹ ਗਦਰ ਪਾਰਟੀ ਦੇ ਕੰਮਾਂ ਵਿੱਚ ਨਾ ਸਿਰਫ ਹਮਦਰਦੀ ਰੱਖਦਾ ਸੀ, ਸਗੋਂ ਪਾਰਟੀ ਦੇ ਉੜੇ ਥੋੜ੍ਹੇ ਕੰਮ ਵੀ ਕਰਦਾ ਸੀ। ਉਸਨੇ ਪਾਰਟੀ ਦੇ ਕਈ ਜਾਨ ਜੋਖੋਂ ਦੇ ਕੰਮ ਵੀ ਕੀਤੇ ਅਤੇ ਗਦਰ ਲਹਿਰ ਦੀ ਸਹਾਇਤਾ ਕਰਨ ਲਈ ਉਹ ਖੁਦ ਗਦਰੀ ਦੇਸ਼ ਭਗਤਾਂ ਨਾਲ ਹਿੰਦੁਸਤਾਨ ਵਿੱਚ ਵੀ ਆਇਆ, ਪਰ ਹਿੰਦ ਸਰਕਾਰ ਨੇ ਉਸਨੂੰ ਗ੍ਰਿਫਤਾਰ ਕਰਕੇ ਵਾਪਸ ਅਮਰੀਕਾ ਭੇਜ ਦਿੱਤਾ। ਪਾਰਟੀ ਲੀਡਰਾਂ ਦਾ ਉਹ ਇੱਕ ਚੰਗਾ ਸਲਾਹਕਾਰ ਵੀ ਸੀ। ਮਈ 1914 ਵਿੱਚ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਜਹਾਜ਼ ਦਾ ਕੰਮ ਸਿੱਖਣ ਲਈ ਚਲਿਆ ਗਿਆ ਤਾਂ ਬਾਬਾ ਹਰਨਾਮ ਸਿੰਘ ਨੇ ਇਸ ਭੱਦਰ ਪੁਰਸ਼ ਨਾਲ ਬੰਬ ਬਣਾਉਣ ਦੀ ਜਾਚ ਸਿੱਖਣ ਬਾਰੇ ਗੱਲ ਕੀਤੀ। ਉਹ ਝਟਪਟ ਮੰਨ ਗਿਆ ਅਤੇ ਸਲਾਹ ਕੀਤੀ ਕਿ ਦੋਵੇਂ ਜਣੇ ਸ਼ਹਿਰੋਂ ਬਾਹਰ 30-40 ਮੀਲ ਦੂਰ ਜੰਗਲ ਵਿੱਚ ਜਾ ਕੇ ਇਹ ਕੰਮ ਕਰਨ। ਅਗਲੇ ਦਿਨ ਮਿਸਟਰ ਜੈਕ ਸਭ ਲੋੜੀਂਦਾ ਸਮਾਨ ਖਰੀਦ ਕੇ ਲੈ ਆਇਆ। ਦੋਹਾਂ ਨੇ ਆਪਣੇ ਬਿਸਤਰੇ ਲਏ ਅਤੇ ਗੱਡੀ ਪਰ ਚੜ੍ਹ ਕੇ ਦੂਰ ਜੰਗਲਾਂ ਵਿੱਚ ਮੌਜੂਦ ਇੱਕ ਸਟੇਸ਼ਨ ਪਰ ਜਾ ਉਤਰੇ। ਹੋਟਲ ਵਿੱਚ ਇੱਕ ਕਮਰਾ ਕਿਰਾਏ 'ਤੇ ਲੈ ਕੇ ਡੇਰੇ ਲਾ ਦਿੱਤੇ। ਖਾਣਾ ਖਾਣ ਤੋਂ ਬਾਅਦ ਹੋਟਲ ਦੇ ਕਮਰੇ ਵਿੱਚ ਹੀ ਬੈਠ ਕੇ ਮਿਸਟਰ ਜੈਕ ਨੇ ਬੰਬਾਂ ਦਾ ਸਮਾਨ ਖੋਲ੍ਹਿਆ ਅਤੇ ਝਟਪਟ ਮਸਾਲਾ ਤਿਆਰ ਕਰ ਲਿਆ। ਦੋ ਬੰਬ ਬਣਾਏ ਗਏ। ਇੱਥੇ ਜੰਗਲ ਪਹਾੜੀ ਸੀ। ਜੰਗਲ ਵਿੱਚ ਜਾ ਕੇ ਇੱਕ ਖੱਡ ਵਿੱਚ ਉਤਰੇ ਅਤੇ ਸੰਘਣੀ ਥਾਂ ਜਾ ਕੇ ਉਹਨਾਂ ਨੂੰ ਚਲਾ ਕੇ ਵੇਖਿਆ। ਤਜਰਬਾ ਕਾਮਯਾਬ ਰਿਹਾ। ਬਹੁਤ ਤਾਕਤਵਰ ਬੰਬ ਸਨ। ਜਿੱਥੇ ਡਿੱਗੇ ਉੱਥੋਂ ਬਹੁਤ ਸਾਰੀ ਥਾਂ 'ਤੇ ਨਾਲ ਦਾ ਦਰਖਤ ਉਡਾ ਦਿੱਤਾ। ਲਾਗੇ ਚਾਗਿਓ ਘਾਹ ਬੂਟ ਝੁਲਸਿਆ ਗਿਆ। ਉਪਰੰਤ ਉਹ ਵਾਪਸ ਹੋਟਲ ਵਿੱਚ ਆ ਗਏ। ਅਗਲੇ ਦਿਨ ਮਿਸਟਰ ਜੈਕ ਦੇ ਸਾਹਮਣੇ ਬਾਬਾ ਹਰਨਾਮ ਸਿੰਘ ਨੇ ਆਪ ਮਸਾਲਾ ਰਲਾਇਆ ਅਤੇ ਬੰਬਾਂ ਵਿੱਚ ਭਰਿਆ ਅਤੇ ਉਵੇਂ ਕਿਵੇਂ ਦੋ ਬੰਬ ਆਪਣੇ ਹੱਥੀਂ ਤਿਆਰ ਕੀਤੇ। ਦੁਪਹਿਰ ਤੋਂ ਬਾਅਦ ਇੱਕ ਟੋਕਰੀ ਵਿੱਚ ਪਾ ਕੇ ਉਹ ਪਹਿਲੀ ਥਾਂ ਪਰ ਹੀ ਜੰਗਲ ਵਿੱਚ ਗਏ। ਹੇਠਾਂ ਖੱਡ ਵਿੱਚ ਉਤਰ ਕੇ ਇੱਕ ਵੱਡੀ ਸਾਰੀ ਚਟਾਨ ਦੇ ਪਾਸ ਟੋਕਰੀ ਰੱਖ ਦਿੱਤੀ ਅਤੇ ਉਸ ਵਿੱਚੋਂ ਇੱਕ ਬੰਬ ਲੈ ਕੇ ਚਟਾਨ ਦੇ ਦੂਸਰੇ ਬੰਨੇ ਲਿਜਾ ਕੇ ਚਲਾਇਆ। ਸਾਰੇ ਜੰਗਲ ਵਿੱਚ ਇਸਦੀ ਗੂੰਜ ਪੈ ਗਈ। ਜਿੱਥੇ ਡਿੱਗਾ ਉੱਥੇ ਕਾਫ਼ੀ ਖੱਪਾ ਪੈ ਗਿਆ ਅਤੇ ਲਾਗੇ ਦੇ ਝਾੜ ਬੂਟ ਲੂਸ ਗਏ। ਕੁਝ ਚਿਰ ਮਗਰੋਂ ਚਟਾਨ ਦੇ ਪਿੱਛੇ ਜਾ ਕੇ ਦੂਸਰਾ ਬੰਬ ਲੈ ਆਏ। ਅਜੇ ਉਹ ਬੰਬ ਲਈ ਹੀ ਆਉਂਦੇ ਸਨ ਕਿ ਇੱਕਦਮ ਹੌਲਟ ਦੀ ਕੜਕਵੀਂ ਆਵਾਜ਼ ਆਈ। ਉਹਨਾਂ ਦੋਹਾਂ ਦਾ ਤਰਾਅ ਨਿਕਲ ਗਿਆ। ਦੇਖਿਆ ਤਾਂ ਜੰਗਲ ਦਾ ਗੋਰਾ ਚੌਕੀਦਾਰ ਪਿਸਤੌਲ ਤਾਣੀ ਖੱਬੇ ਪਾਸਿਓਂ ਵਾਹੋ ਦਾ ਹੀ ਸਿਰ 'ਤੇ ਚੱਲਿਆ ਆ ਰਿਹਾ ਸੀ। ਉਹ ਦੋਵੇਂ ਹੈਰਾਨ ਪਰੇਸ਼ਾਨ ਸਨ। ਬੰਬ ਮਿਸਟਰ ਜੈਕ ਦੇ ਹੱਥ ਵਿੱਚ ਸੀ। ਉਸਨੇ ਬੜੇ ਠਰੰਮੇ ਤੋਂ ਕੰਮ ਲਿਆ ਅਤੇ ਬੰਬ ਵਾਲਾ ਹੱਥ ਪਿਛਾਂ ਕਰਕੇ ਆਪਣੀ ਪਿੱਠ ਉੱਪਰ ਧਰ ਲਿਆ। ਤੁਸੀਂ ਕੌਣ ਹੋ? ਚੌਕੀਦਾਰ ਗਰਜਿਆ। ਉਸਦੀਆਂ ਅੱਖਾਂ ਵਿੱਚੋਂ ਸਰਕਾਰੀ ਕਹਿਰ ਫੁੱਟ ਰਿਹਾ ਸੀ। ਮੈਂ ਇੱਕ ਕੈਮਿਸਟ ਹਾਂ। ਇੱਕ ਨਵਾਂ ਨੁਸਖਾ ਤਿਆਰ ਕੀਤਾ ਹੈ ਜਿਸ ਦਾ ਤਜਰਬਾ ਇੱਥੇ ਕੀਤਾ ਗਿਆ ਹੈ। ਮਿਸਟਰ ਜੈਕ ਨੇ ਤੁਰਤ ਜਵਾਬ ਬਣਾ ਲਿਆ। ਜੰਗਲ ਵਿੱਚ ਅੱਗ ਬਾਲਣਾ ਕਾਨੂੰਨ ਦੇ ਖਿਲਾਫ਼ ਹੈ। ਤੁਸੀਂ ਗ੍ਰਿਫਤਾਰ ਹੋ ਅਤੇ ਮੈਂ ਤੁਹਾਨੂੰ ਪੁਲਿਸ ਦੇ ਹਵਾਲੇ ਕਰਾਂਗਾ। ਸਾਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ ਸੀ, ਮਿਸਟਰ ਜੈਕ ਨੇ ਜਵਾਬ ਦਿੱਤਾ। ਤੁਸੀਂ ਆਉਣ ਲੱਗਿਆਂ ਸਟੇਸ਼ਨ ਤੋਂ ਬਾਹਰ ਲੱਗਾ ਹੋਇਆ ਨੋਟਿਸ ਬੋਰਡ ਨਹੀਂ ਪੜਿਆ? ਚੌਕੀਦਾਰ ਨੇ ਉਹਨਾਂ ਨੂੰ ਚਿਤਾਰਿਆ। ਅੱਛਾ, ਮੈਂ ਆਪਣੀ ਟੋਕਰੀ ਲੈ ਆਵਾਂ, ਫਿਰ ਤੁਹਾਡੇ ਨਾਲ ਚੱਲਦੇ ਹਾਂ। ਮਿਸਟਰ ਜੈਕ ਨੇ ਚਾਤਰੀ ਤੋਂ ਕੰਮ ਲਿਆ। ਰਾਖੇ ਨੇ ਆਗਿਆ ਦੇ ਦਿੱਤੀ। ਮਿਸਟਰ ਜੈਕ ਚਟਾਨ ਦੇ ਪਿੱਛੇ ਗਏ ਅਤੇ ਬੰਬ ਉੱਥੇ ਰੱਖ ਕੇ ਟੋਕਰੀ ਚੁੱਕ ਲਿਆਏ। ਬਾਬਾ ਹਰਨਾਮ ਸਿੰਘ ਜੰਗਲ ਦੇ ਰਾਖੇ ਪਾਸ ਹੀ ਖਲੋਤੇ ਰਹੇ ਅਤੇ ਉਸਨੂੰ ਕਹਿੰਦੇ ਰਹੇ ਕਿ ਉਹ ਹੁਣ ਜਾਣ ਦੇਵੇ। ਉਹਨਾਂ ਨੂੰ ਜੰਗਲ ਦੇ ਕਾਨੂੰਨ ਦਾ ਪਤਾ ਨਹੀਂ ਸੀ।
मिस्टर जैक ने भी आके अपनी अनजानता दर्शाने की बड़ी कोशिश की ते मिन्नत माजरा बहुत किया, पर राखा अपने हठ पर चढ़े अड़िया रहा ते उन्हां नूं लैके सड़क वल नूं तुर पिया। सड़क ते पहुंचदे पहुंचदे गोरा चौकीदार धीरा पै गया ते उसने उन्हां नूं छड्ड दिता ते आख्या कि मुड़ के जंगल विच आके एक काम ना करिया जी। वह होटल विच आए, अपना समान लिया ते गड्डी पर चढ़ के रात नूं सैन फ्रांसिस्को वापस युगांतर आश्रम विच पहुंच गए। जुलाई का महीना चढ़ पिया, हवाई जहाज़ का काम सिखदिया शहीद करतार सिंह सराबे का गुट टुट गया, जिसके इलाज वास्ते उन्होंने सैक्रामेंटो हस्पताल विच दाखिल होना पिया। 4 जुलाई नूं सैक्रामेंटो विच गदर पार्टी का एक जलसा सी, उत्थे सारे गदरी लीडर ते स्थानक वर्कर इकट्ठे हुए सन। शहीद करतार सिंह भी हस्पताल विचों उठ के गुट पर पट्टी बद्धी हुई जलसे विच आ गए। उत्थे शहीद करतार सिंह ते बाबा पिरथी सिंह लालड़ू बाबा हरनाम सिंह नूं कहण लगे कि तुसीं मिस्टर जैक पासों बंबा की जाँच सिख ली है, इसलिए हुण इन्हां दोहां नूं सिखा दें। उन्हां तिन्हां ने सलाह की कि जंगल विच जाण दी बजाय किधरे अपनी थां जाके ये काम किया जाए। जंगल दे हाथ उन्हां नूं लग चुके सन, इसलिए मता पकाया कि भाई संतोख सिंह ते बाबा वसाखा सिंह ददेहर दे फार्म विच जाया जाए। उन्हां ने अगले दिन लोड़ींदा समान खरीदिया ते भाई संतोख सिंह दे फार्म विच चले गए। अगे गदर पार्टी दे प्रधान बाबा सोहण सिंह भकना उत्थे आए हुए सन। उत्थे बाबा हरनाम सिंह ने उन्हां नूं मसाला रलाउणा, बंबा विच भरना ते पलीता फिट करना दस्सिया ते उन्हां पासों हत्थीं ये काम करवाया। दोहां ने ही ठीक तरीके नाल मसाला रलाया, भरिया ते बंब तैयार कीते। उत्थे फार्म विच ही उन्हां नूं चला के वेख्या गया, तजर्बा कामयाब सी। उपरोक्त तो दोवें सैन फ्रांसिस्को नूं गड्डी चढ़ गए, बाबा हरनाम सिंह उत्थे ही रह गए। बंब भर लैण तो बाद कुछ मसाला वाधू बच रहिंदा सी। मिस्टर जैक ने कहा सी कि ये वाधू मसाला सुट देना चाहीदा है, बंब विच भरिया मसाला तो फलीते नाल ही चलेगा, फलीते तो बिना उसके चलण का कोई खतरा नहीं, पर यह बाहर पिया वाधू मसाला किसी वेले भी माड़ी मोटी रगड़ नाल चल सकता सी। एक खतरे वाली गल मिस्टर जैक ने बाबे हरनाम सिंह नूं नहीं दसी सी, ना बाबा हरनाम सिंह नूं इसका पता सी, वह कोई कैमिस्ट तो है ही नहीं सन। इसलिए जब फार्म विच बंब तैयार किए गए तो वाधू मसाले नूं सुट्टन लगे तो शहीद करतार सिंह सराबे ने कहा कि इस वाधू हिस्से नूं वेखना चाहिए है कि किन्नी कु ताकत दा है, ता जो इस तों पुल अडाउण दा काम लिया जा सके। शहीद करतार सिंह दे कहण पर बाबा हरनाम सिंह ने इस वाधू मसाले नूं तजर्बे वास्ते अपने पास रख लिया सी। जदों दोवें सैन फ्रांसिस्को नूं तुर गए तां बाबा हरनाम सिंह उस मसाले दा तजर्बा करन लग पए। वह मसाले नूं हथ विच लै के लड्डू जिहा बना रहे सन कि उह उत्थे ही फट गया। बाबा जी दा सारा हथ उड गया ते वीणी दी हड्डी मास उड जाण करके नंगी हो गई, लहू दीआं घराळां वग तुरीआं। बाबे नूं अंदरों एक ही सदर उबासरी, इनकलाब दा काम हुण किवें करांगे। बाबा हरनाम सिंह बांह विचों लहू चौंदिया ही फटाफट मकान नूं आए, अंदर उत्थे केवल बाबा सोहण सिंह भकना ही सन। हाए मेरा हथ उड गया, अंदर जांदे ही बाबा हरनाम सिंह ने डाढ मारी। डाढ सुन के बाबा सोहण सिंह बाहर आए, वह बांह नूं लहू लुहान वेख के चकरित रह गए। रुमाल लेके वगदा लहू रोकण लई अर्क तो उपर करके बांह घुट के बंद दित्ती, पर लहू फिर भी पूरा बंद ना होया। भाई संतोख सिंह नूं खेतों विच काम करदे नूं खबर लगी, वह 2-3 साथियों नूं लैके भज्जे आए। बाबा जी नूं 3-4 घुट शराब पिलाई गई, जिस नाल गशी आउंदी आउंदी रुक गई। घोड़ा गड्डी तैयार की गई ते बाबा जी नूं विच पा के स्टेशन पर लै गए। उत्थों गड्डी विच चाढ़ के स्टाकटन ले जाया गया। स्टेशन तो टैक्सी करके एक बड़े लायक डॉक्टर पास लै गए। डॉक्टर ने मुलाजा किया, उसने शहर के 5-4 होर डॉक्टर सदे ते उन्हां नाल भी सलाह की। सलाह मशवरे तो बाद बांह वढ़ देण दा फैसला होया। शीशी सुंघा के रात दे 10 बजे अरकों हेठां बाबा जी दी बांह वढ़ सुट्टी गई। अगले दिन अखबारी रिपोर्टरां दे पुछण पर भाई संतोख सिंह ने जो दस्या वह अमरीकन अखबारां विच इस तरह छपिया। 4 जुलाई नूं सैक्रामेंटो लागे एक फार्म विच बहुत सारे हिंदू अमरीका दी आज़ादी दा जश्न मना रहे सन। आतशबाजी ते पटाके चलाए गए। एक पटाका मुहम्मद दीन हिंदू दे हथ विच ही चल गया, जिस नाल उसका हथ उड गया। हस्पताल विच मरीज का नाम मुहम्मद दीन ही लिखाया गया सी। बाबा हरनाम सिंह इस तरह अपने देश की गुलामी के संगल कट्टण दीआं तैयारियां सिखण विच अपनी बाह गवा बैठे ते टुंडे हो गए, पर इनकलाबी घोल तो पैर पिछे ना पाया। उस दिन तो लैके उन्हां दे साथी उन्हां नूं टुंडी लाट कहिंदे ते लिखदे हन। वाहिगुरू जी का खालसा, वाहिगुरू जी की फतेह।